ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਇਤਿਹਾਸ ਹੈ ਜਿਹੜਾ ਇਹਦੇ ਪੰਨਿਆਂ 'ਚੋਂ ਆਪਾਂ ਨੂੰ ਸਬਕ ਜ਼ਰੂਰ ਲੈਣਾ ਚਾਹੀਦਾ ਕਿਉਂਕਿ ਇਤਿਹਾਸ ਐਵੇਂ ਨਹੀਂ ਬਣਦਾ ਕਰੋੜਾਂ ਬੰਦਿਆਂ ਦੀ ਜਾਨ ਜਾਂਦੀ ਆ ਤਾਂ ਕਿਤੇ ਇਤਿਹਾਸ ਬਣਦਾ ਤੇ ਜਰਮਨ ਦੀ ਕਹਾਣੀ ਕੁਝ ਇਹੋ ਜਿਹੀ ਸੀ ਆਪਣੇ ਇਥੋਂ ਪੰਜਾਬ ਤੋਂ ਵੀ ਬੰਦੇ ਹਲੇ ਵੀ ਸ਼ਾਇਦ ਮਿਲ ਜਾਣ ਪੁਰਾਣੇ ਬਜ਼ੁਰਗ ਜਿਹੜੇ ਉਹ ਸੈਕੰਡ ਵਰਲਡ ਵਾਰ ਦੇ ਵਿੱਚ ਜਾ ਕੇ ਉੱਥੇ ਲੜੇ ਸ਼ਾਇਦ ਹੁਣ ਨਾ ਮਿਲਣ ਪਰ ਕੁਝ ਸਮੇਂ ਪਹਿਲਾਂ ਤੱਕ ਇਹੋ ਜਿਹੇ ਬਜ਼ੁਰਗ ਸੀਗੇ ਤੇ ਉਸ ਕਹਾਣੀ ਤੋਂ ਆਪਾਂ ਕੀ ਸਿੱਖ ਸਕਦੇ ਆ ਉਹ ਇਹੋ ਜੀ ਦਰਦਨਾਕ ਕਹਾਣੀ ਆ ਜਿਦੇ ਚ ਬੀ ਕਰੋਨਾ ਬੰਦਿਆਂ ਦੀ ਮੌਤ ਹੋਈ ਹੈ ਕੀਤੀ ਗਈ ਹੈ ਬੰਦਿਆਂ ਨੇ ਹੀ ਕੀਤੀ ਹੈ ਤੇ ਕੀਤੀ ਬੜੀ ਦਰਦਨਾਕ ਤਰੀਕੇ ਨਾਲ ਤੇ ਉਹ ਜੋ ਕਾਰਨ ਸੀ ਨਾ ਉਹ ਹਮੇਸ਼ਾ ਆਪਸੀ ਆਪਣੇ ਜੇ ਆਪਾਂ ਕੋ ਸਿੱਖ ਲਈਏ ਤਾਂ ਠੀਕ ਹੈ ਨਹੀਂ ਉਹੋ ਕਾਰਨ ਫੇਰ ਦੁਬਾਰਾ ਆਪਾਂ ਨਾ ਸਕਦੇ ਕਿਤੇ ਵੀ ਨਾ ਸਕਦੇ ਹੁਣ ਕਾਫੀ ਸਮੇਂ ਤੋਂ ਮੈਂ ਵੀਡੀਓਸ ਵੀ ਦੇਖ ਰਿਹਾ ਸੀਗਾ ਜਿਹੜੇ ਜਿਹੜੇ ਯਹੂਦੀ ਕਨਸੈਂਟਰੇਸ਼ਨ ਕੈਂਪ ਚੋਂ ਛੁੱਟੇ ਹਨ ਜਿਹੜੇ ਬਾਅਦ ਚ ਉਹਨਾਂ ਨੇ ਆਪਣੀਆਂ ਕਹਾਣੀਆਂ ਸੁਣਾਈਆਂ ਵੀ ਸਾਡੇ ਨਾਲ ਐ ਵਾਪਰਿਆ ਉਹ ਵੀ ਆਪਾਂ ਦੇਖਿਆ ਔਰ ਫਿਰ ਮੇਰੇ ਖਿਆਲ ਚ 10 15 20 ਫਿਲਮਾਂ ਵੀ ਬਣੀਆਂ ਜਰਮਨ ਹੋਲੋਕਾਸਟ ਜਿਹਨੂੰ ਕਹਿੰਦੇ ਵੀ ਉਹਨਾਂ ਨੇ ਜਰਮਨੀ ਨਾਜ਼ੀ ਲੋਕਾਂ ਨੇ ਯਹੂਦੀਆਂ ਦੇ ਕਿਵੇਂ ਜ਼ੁਲਮ ਕੀਤੇ ਤੇ ਸੈਕੰਡ ਵਰਲਡ ਵਾਰ ਦੇ ਹੋਇਆ ਬਹੁਤ ਸਾਰੀਆਂ ਫਿਲਮਾਂ ਬਣੀਆਂ ਤੇ ਕਾਫੀ ਉਹਨਾਂ ਚੋਂ ਉਹ ਵੀ ਮੈਂ ਦੇਖੀਆਂ ਤੇ ਕਾਫੀ ਲਿਟਰੇਚਰ ਪੜਿਆ ਤੇ ਆਪਾਂ ਸਿੱਖਦੇ ਕੀ ਆਂ ਉਸ ਚੋਂ ਇੱਕ ਤਾਂ ਇਹ ਕਿ ਜੇ ਕਿਸੇ ਇੱਕ ਵਿਅਕਤੀ ਨੂੰ ਆਪਾਂ ਅਸੀਮਤ ਸ਼ਕਤੀ ਦੇ ਦਵਾਂਗੇ ਨਾ ਅਸੀਮਤ ਚਾਹੇ ਉਹ ਮੈ ਆਈ ਹੈ ਚਾਹੇ ਕੋਈ ਵੀ ਹੈ ਤੇ ਬਹੁਤ ਜ਼ਿਆਦਾ ਚਾਂਸ ਆ ਬਹੁਤ ਜ਼ਿਆਦਾ ਚਾਂਸ ਆ ਕਿ ਉਹ ਹਿਟਲਰ ਬਣ ਜਾਊਗਾ ਅੰਗਰੇਜ਼ੀ ਚ ਘਾਵਤ ਵੀ ਹੈ ਨਾ ਐਬਸੋਲਿਊਟ ਪਾਵਰ ਕਰਪਟ ਸੇ ਮੈਨ ਤੇ ਹੁਣ ਮਤਲਬ ਪੂਰੀ ਕਹਾਣੀ ਹੈ ਪਾਵਰ ਕਰਪਟ ਸੇ ਮੈਨ ਐਬਸੋਲਿਊਟ ਪਾਵਰ ਕਰਪਟ ਸੇ ਮੈਨ ਐਬਸੋਲਿਊਟਲੀ ਹੈ ਨਾ ਜੇ ਅਸੀਮਤ ਪਾਵਰ ਦੇ ਦੇਣਗੇ ਬੰਦੇ ਦਾ ਦਿਮਾਗ ਭ੍ਰਸ਼ਟ ਹੋ ਜਾਂਦਾ ਤੇ ਬੜੇ ਚਾਂਸ ਹੈ ਕਿ ਉਹ ਹਿਟਲਰ ਬਣ ਜਾਏਗਾ ਹੁਣ ਗੱਲ ਇੱਕ ਮੈਜੋਰਿਟੀ ਤੇ ਮਾਈਨੋਰਿਟੀ ਦੀ ਨਾਜ਼ੀ ਸੀਗੇ ਇਤਿਹਾਸ ਪੜ ਕੇ ਦੇਖੋ ਤਾਂ ਲੱਗਦਾ ਇਹ ਨੇ ਅਤਿਆਚਾਰੀ ਨਵੇਂ ਜੰਮੇ ਬੱਚਿਆਂ ਨੂੰ ਸਿੱਟ ਸਕਦੇ ਸੀਗੇ ਤੇ ਤੀਜੀ ਮੰਜ਼ਲ ਤੋਂ ਨਾਲੇ ਉਹਨਾਂ ਦੀ ਮਾਂ ਨੂੰ ਸਿੱਟ ਸਕਦੇ ਸੀਗੇ ਤੇ ਐਨੇ ਤਸੀਹੇ ਦੇ ਸਕਦੇ ਸੀਗੇ ਜਿਹੜੇ ਕਿ ਕਹੇ ਨਹੀਂ ਜਾ ਸਕਦੇ ਹੌਲੋਕਾਸਟ ਇਹਨਾਂ ਤੇ ਇੱਕ ਨਾਜ਼ੀ ਆਪਣੇ ਅੰਦਰ ਬੈਠਾ ਤੇ ਯਹੂਦੀ ਵੀ ਆਪਣੇ ਅੰਦਰ ਬੈਠਾ ਉਹਦਾ ਮੈਂ ਉਦਾਹਰਣ ਦਿੰਦਾ ਤੁਹਾਨੂੰ 1947 ਦੀ ਜਦੋਂ ਵੰਡ ਹੋਈ ਹੈ ਨਾ ਜਿਹੜਾ ਪਾਕਿਸਤਾਨ ਦੇ ਪਾਸੇ ਮੁਸਲਮਾਨ ਉਹ ਬੌਗਣਤੀ ਚ ਆ ਗਿਆ ਤੇ ਉਹ ਅਗਲਾ ਨਾਜ਼ੀ ਵਾਂਗੂ ਕਰਨ ਲੱਗਿਆ ਉਵੇਂ ਅਤਿਆਚਾਰ ਕਰਨ ਲੱਗਿਆ ਅੱਛਾ ਤੇ ਜਿਹੜਾ ਉਹ ਬੰਦਾ ਉੱਥੇ ਮਿਨੋਰਟੀ ਜਾ ਉਹ ਵਿਚਾਰਾ ਜ਼ਿਆਦਾ ਪਾਤਰ ਬਣਿਆ ਬੈਠਾ ਜਦੋਂ ਬਾਰਡਰ ਪਾਰ ਕਰ ਲਿਆ ਉਸ ਕਹਾਣੀਆ ਪੜਦੇ ਨੇ ਹਰਬੰਸਪੁਰਾ ਆਉਂਦਾ ਉੱਥੇ ਹਰਬੰਸਪੁਰੇ ਤੋਂ ਬਾਅਦ ਜਦੋਂ ਉਦੋਂ ਬਾਅਦ ਅਗਲਾ ਸਟੇਸ਼ਨ ਮੇਰੇ ਖਿਆਲ ਚ ਇਹ ਆ ਜਾਂਦਾ ਅਟਾਰੀ ਕੇ ਮਰਸਰ ਪਤਨੀਆ ਬਾਰਡਰ ਜੇ ਪਾਉਂਦਾ ਉਹ ਕਹਾਣੀ ਵਿੱਚ ਵੀ ਐ ਲਿਖਿਆ ਕਿ ਉਹ ਬੰਦਾ ਜਦ ਹੀ ਆਪਣਾ ਰੁਖ ਬਦਲ ਗਿਆ ਜਿਹੜਾ ਚੁੱਪਚਾਪ ਬੈਠਾ ਸੀਗਾ ਉਹ ਬਿਲਕੁਲ ਹੀ ਉਹਦੇ ਅੰਦਰ ਦਾ ਨਾਜ਼ੀ ਜਾਗ ਗਿਆ ਤੇ ਉਹਦੇ ਅੰਦਰ ਦਾ ਯਹੂਦੀ ਮਰ ਗਿਆ ਅੱਜ ਵੀ ਆਪਣੇ ਦੇਸ਼ ਦੇ ਵਿੱਚ ਕਿਸੇ ਜਗ੍ਹਾ ਕਿਹੜੀ ਤਰ੍ਹਾਂ ਦੀ ਆਬਾਦੀ ਹੈ ਕਿਸੇ ਜਗ੍ਹਾ ਕਿਹੜੀ ਤਰ੍ਹਾਂ ਦੀ ਆਬਾਦੀ ਹੈ ਉਹੀ ਆਦਮੀ ਇੱਕ ਹੋਰ ਜਗ੍ਹਾ ਤੇ ਬੈਠਾ ਹੋਊਗਾ ਉਹਦੇ ਅੰਦਰ ਦਾ ਨਾਜ਼ੀ ਜਾਗ ਜਾਂਦਾ ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ ਜੇ ਕਦੇ ਉਹ ਮਿਨੋਰਟੀ ਚ ਹੋਊਗਾ ਕਿਉਂ ਨਾ ਭਾਈ ਸਾਰੇ ਬੰਦੇ ਤਾਂ ਬਰਾਬਰ ਆ ਆਪਾਂ ਦਾ ਰੱਬ ਦੇ ਬੰਦੇ ਆ ਤੇ ਉਹੀ ਬੰਦਾ ਨਾਜ਼ੀ ਬਣ ਜਾਂਦਾ ਉਹੀ ਹੁੰਦਾ ਕਿਉਂਕਿ ਦੇਖੋ ਦੋਹੂ ਪਾਸਾ ਕਾਪੇ ਤਾਂ ਨਹੀਂ ਪ੍ਰਮਾਤਮਾ ਚੰਗੇ ਵਿੱਚ ਮਾੜੇ ਵਿੱਚ ਉਹਦਾ ਖੇਡ ਵਰਤਾਰਾ ਹੈ ਨਾ ਸਾਰਿਆਂ ਦੇ ਵਿੱਚ ਹੈ ਸਭ ਕੁਝ ਆਪਣੇ ਅੰਦਰ ਹੀ ਅਸੀਮਤ ਪਾਵਰ ਮਿਲਣ ਨਾਲ ਕੋਈ ਵੀ ਹਿਟਲਰ ਬਣੂਗਾ ਮジョਰਿਟੀ ਮਾਈਨੋਰਿਟੀ ਦੇ ਵਿੱਚ ਵੀ ਬੰਦਾ ਆਪਣਾ ਸਟੈਂਡ ਕਿਹਦਾ ਰੱਖਦਾ ਲੇਕਿਨ ਇੱਕ ਚੀਜ਼ ਹੋਰ ਸਿੱਖਣ ਵਾਲੀ ਆ ਵੀ ਯਹੂਦੀ ਦੇ ਪ੍ਰਤੀ ਇੰਨੀ ਜ਼ਿਆਦਾ ਨਫ਼ਰਤ ਬਣੀ ਕਿਉਂ ਮਾਈਨੋਰਿਟੀਆਂ ਤਾਂ ਹੋਰ ਬਹੁਤ ਦੁਨੀਆ ਵੀ ਹੁੰਦੀ ਹੈ ਉਹ ਕੁਝ ਮੈਨੂੰ ਇਸ ਤਰ੍ਹਾਂ ਲੱਗਾ ਵੀ ਯਹੂਦੀ ਹੈ ਨਾ ਜਿਹੜੇ ਓਹੋ ਪੈਸੇ ਤਾਂ ਬਹੁਤ ਕਮਾਉਂਦੇ ਸੀਗੇ ਤੇ ਹੋ ਸਕਦਾ ਭਲਾਈ ਦੇ ਕੰਮ ਵੀ ਕਰਦੇ ਹੁਣ ਪਰ ਆਪਣੀ ਸੁਸਾਇਟੀ ਸੁਸਾਇਟੀ ਤੱਕ ਹੀ ਸੀਮਤ ਰੱਖਦੇ ਸੀ ਜੇ ਕੋਈ ਭਲਾਈ ਦਾ ਕੰਮ ਹੀ ਮਤਲਬ ਉਹ ਸਰਬਸਾਂਝੀ ਬਲਤਾ ਜਾਣ ਦੀ ਵੀ ਜਿਵੇਂ ਲੰਗਰ ਆ ਤਾਂ ਸਾਰੇ ਸ਼ੱਕ ਲੋ ਚਾਹ ਦਾ ਲੰਗਰ ਆ ਤਾਂ ਉਹ ਕੋਈ ਵੀ ਆ ਕੇ ਪੀ ਲਵੇ ਤੇ ਜਦੋਂ ਆਪਾਂ ਸਮਾਜ ਤੋਂ ਕਮਾਉਂਦੇ ਆ ਜਾਂ ਕੁਝ ਸਮਾਜ ਸੇਵਾ ਵਿੱਚ ਲਗਾਉਂਦੇ ਆ ਤਾਂ ਉਹਦੇ ਨਾਲ ਸਤਿ ਭਾਵਨਾ ਜਿਹੜੀ ਬਣੀ ਰਹਿੰਦੀ ਆ ਤੇ ਨਹੀਂ ਉਹ ਜ਼ਹਿਰ ਨਫ਼ਰਤ ਜਿਵੇਂ ਮਤਲਬ ਸ਼ੁੱਧ ਖੋਰੀ ਜਾਂ ਕੋਈ ਵੀ ਇਹੋ ਜਿਹੀ ਚੀਜ਼ ਆਪਾਂ ਸਮਾਜ ਤੋਂ ਲੈਣੇ ਤਾਂ ਜ਼ਰੂਰ ਆ ਪਰ ਜਦੋਂ ਕਦੇ ਥੋੜਾ ਜਿਹਾ ਭਲਾ ਕਰਨ ਦਾ ਟਾਈਮ ਆਇਆ ਕਿਸੇ ਦਾ ਤੇ ਉਦੋਂ ਥੋੜਾ ਜਿਹਾ ਉਦੋਂ ਉਹ ਮਤਲਬ ਪੂਰੀਆ ਬੇਰੁਖੀ ਰੱਖੀ ਤੇ ਫਿਰ ਇਹ ਉਹਨਾਂ ਦੀ ਉਹ ਜੀ ਜਿਹੜੀ ਇਮੇਜ ਆ ਨਾ ਜਿਹੜੀ ਜਿਹਨੂੰ ਆਪਾਂ ਕਹਿੰਨੇ ਆ ਮਤਲਬ ਇਸ ਤਰ੍ਹਾਂ ਦੀ ਸੋਚ ਲੋਕਾਂ ਦੇ ਮਨ 'ਚ ਆ ਗਈ ਹੈ ਕਿ ਇਹ ਬੰਦੇ ਬਹੁਤ ਜ਼ਿਆਦਾ ਅੰਦਰੋਂ ਵਧੀਆ ਨਹੀਂ ਹੈਗੇ ਤੇ ਉਹ ਨਫ਼ਰਤ ਇੰਨੀ ਜ਼ਿਆਦਾ ਇਕੱਠੀ ਹੋ ਗਈ ਇੱਕ ਚੀਜ਼ ਜਿਹੜੀ ਆਪਾਂ ਹੋਰ ਸਿੱਖਦੇ ਆ ਉਹ ਹੈ ਪ੍ਰੋਪੋਗੈਂਡਾ ਜਿਹਨੂੰ ਆਪਾਂ ਕਹਿੰਦੇ ਆ ਨਾ ਪ੍ਰਚਾਰ ਬੜਾ ਅਸਰ ਆ ਵੀ ਉਹਨਾਂ ਦਿਨਾਂ 'ਚ ਨਾ ਰੇਡੀਓ ਵੀ ਨਵਾਂ-ਨਵਾਂ ਆਇਆ ਸੀ ਤੇ ਦਿਨ ਦਿਨ ਛਿਟਲਣਾ ਹੈ ਕਹਿੰਦੇ ਆ ਨਾ ਬਸੇ ਮੇਰੀ ਤਾਂ ਸੋਚ ਆ ਵੀ ਸਭ ਤੋਂ ਖਤਰਨਾਕ ਜਿਹੜਾ ਹਥਿਆਰ ਆ ਨਾ ਦੁਨੀਆ 'ਚ ਪਰਮਾਣੂ ਬੰਬ ਨਹੀਂ ਪ੍ਰੋਪੋਗੈਂਡਾ ਜੇ ਗਲਤ ਪਾਸੇ ਤੁਰ ਜਾਏ ਤਾਂ ਲੋਕਾਂ ਦੇ ਦਿਮਾਗ ਭ੍ਰਸਟ ਕਰ ਸਕਦਾ ਉਹਦੋਂ ਤਿੱਖੇ ਬੋਲ ਬੋਲਣ ਵਾਲਾ ਬੰਦਾ ਆ ਗਿਆ ਉਹ ਤੋਂ ਰੇਡੀਓ ਸੀਗਾ ਉਹ ਪ੍ਰਚਾਰ ਜਦੋਂ ਲਗਾਤਾਰ ਲਗਾਤਾਰ ਤੁਰ ਪਿਆ ਉਹਦਾ ਅਸਰ ਕਿਉਂ ਨਹੀਂ ਹੋਊਗਾ ਦਿਮਾਗ 'ਚ ਦੇਖੋ ਹੋ ਸਕਦਾ ਕਈ ਸਾਬਣ ਨੁਕਸਾਨ ਹੀ ਕਰਦੇ ਹੋਣ ਲੇਕਿਨ ਉਹਦਾ ਪ੍ਰਚਾਰ ਪ੍ਰਚਾਰ ਕਰਕੇ ਸਾਰੀ ਉਮਰ ਬੰਦਾ ਸਾਬਣ ਲਾਉਂਦਾ ਉਹ ਜੇ ਲਾਉਂਦਾ ਭਾਵੇਂ ਉਹ ਹੋ ਸਕਦਾ ਥੋੜਾ ਜਿਹਾ ਗਰਮ ਪਾਣੀ ਨਾਲ ਲਵੇ ਤਾਂ ਉਹ ਸਰੀਰ ਦੀ ਮੈਲ ਠੀਕ ਹੋ ਜਾਏ ਕੋਸੇ ਪਾਣੀ ਨਾਲ ਤੇ ਜਾਂ ਥੋੜਾ ਜਿਹਾ ਮਲ ਲਵੇ ਸਰੀਰ ਨੂੰ ਤੇ ਹੋ ਸਕਦਾ ਸੁਧਾਰਨ ਸਾਬਣ ਨਾਲ ਵੀ ਬੜਾ ਮੋਟਾ ਜੇ ਕਦੇ ਮੈਲ ਲੱਗੀ ਤਾਂ ਦੂਰ ਹੋ ਸਕਦੀ ਹੈ ਪਰ ਉਹ ਪ੍ਰਚਾਰ ਇਸ ਤਰ੍ਹਾਂ ਦਾ ਹੁੰਦਾ ਕਿ ਬੰਦਾ ਉੱਤੇ ਪ੍ਰਭਾਵਿਤ ਹੋ ਜਾਂਦਾ ਤੇ ਹੁਣ ਵੀ ਆਪਾਂ ਦੇਖਦੇ ਆਂ ਕੇਵਰ ਪ੍ਰਚਾਰ ਇਹੋ ਜਾਂ ਤੁਰ ਪੈਂਦਾ ਉਹਨੂੰ ਪ੍ਰੋਪੋਗੈਂਡਾ ਕਹਿੰਦੇ ਉਹ ਲੋਕਾਂ ਦੇ ਦਿਮਾਗ ਹੀ ਉਸ ਹਿਸਾਬ ਨਾਲ ਹੋ ਜਾਂਦੇ ਫੇਰ ਨਾ ਲੋਕਾਂ ਨੇ ਜਦੋਂ ਸਟੱਡੀ ਕੀਤਾ ਵੀ ਇੰਨੇ ਮਤਲਬ ਹੋ ਸਕਦਾ ਵੀ 60 ਲੱਖ ਤਾਂ ਬੰਦੇ ਹੀ ਮਾਰਤੇ ਉਸ ਤੋਂ ਬਾਅਦ ਜਿਹੜੇ ਇਹ ਮਰੇ ਅਲੱਗ ਕਿਉਂਕਿ ਜਦੋਂ ਅਤਿਆਚਾਰ ਬਾਲਾ ਵਧ ਗਿਆ ਇਹ ਬੇਕਾਬੂ ਹੋ ਗਏ ਇਹਨਾਂ ਨੇ ਪੋਲੈਂਡ ਤੇ ਹਮਲਾ ਕੀਤਾ ਉਦੋਂ ਬਾਅਦ ਫਰਾਂਸ ਕਬਜ਼ੇ 'ਚ ਕਰ ਲਿਆ ਤੇ ਲੋਕੀ ਕਹਿੰਦੇ ਵੀ ਇਹ ਹੱਟੂਗਾ ਵੀ ਕਿ ਨਹੀਂ ਤੇ ਉਦੋਂ ਰੂਸ ਤੇ ਵੀ ਹਮਲਾ ਕਰਦਾ ਫਿਰ ਜਦੋਂ ਸਾਰੇ ਪਾਸਿਓਂ ਲੋਕੀਆ ਮਤਲਬ ਆ ਗਏ ਉਦੋਂ ਅਮਰੀਕਾ ਵੀ ਆ ਗਿਆ ਕੈਨੇਡਾ ਦੀਆਂ ਤਾਕਤਾਂ ਵੀ ਆ ਗਈਆਂ ਇੰਗਲੈਂਡ ਵੀ ਆ ਫਰਾਂਸ ਵੀ ਸਾਰੇ ਜਦੋਂ ਆ ਗਏ ਇਹਨਾਂ ਵੱਲ ਤੇ ਭਾਈ ਫਿਰ ਇਹਨਾਂ ਨੂੰ ਨੁਕਸਾਨ ਹੋਣ ਲੱਗਿਆ ਇਹ ਜਦੋਂ ਬਰਲਿਨ ਦੇ ਵਿੱਚ ਆਏ ਭੇਂਤ ਬਲਾਤਕਾਰ ਹੋਏ ਕਿਉਂਕਿ ਫੌਜ ਤਾਂ ਫਿਰ ਫੌਜੀ ਹੁੰਦੀ ਹੈ ਇਨਾ ਅਤਿਆਚਾਰ ਇਨਾ ਬਹੁਤ ਕੁਝ ਹੋਇਆ ਤੇ ਇਹ ਇਹਦਾ ਫਿਰ ਜਦੋਂ ਬੰਬ ਹਿਰੋਸ਼ਿਮਾ ਦੇ ਸਿੱਟਿਆ ਤੇ ਬੰਦ ਵੀ ਹੋ ਗਿਆ ਵੱਲਵਾਰ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਉਂ ਰੈਡਰਟੇ ਵੀ ਪ੍ਰਚਾਰ ਜਿਹੜਾ ਚੱਲ ਰਿਹਾ ਸੀ ਨਾ ਪ੍ਰੋਪਗੈਂਡਾ ਦੀ ਮਸ਼ੀਨਰੀ ਦੇ ਵਿੱਚ ਸਕੂਲ ਵੀ ਆ ਜਾਂਦੇ ਕਈ ਵਾਰ ਸਕੂਲਾਂ ਦਾ ਸਿਲੇਬਸ ਹੀ ਉਹੋ ਜਿਹਾ ਬਣਾਤਾ ਜਾਂਦਾ ਉਹ ਸਿਲੇਬਸ ਹੀ ਕੁਛ ਇਹੋ ਜਿਹਾ ਬਣਾਦਾ ਉਹ ਕਹਿੰਦੇ ਵੀ ਜਿਹੜਾ ਜੀਊ ਦਾ ਨੱਕ ਆ ਨਾ ਉਹ ਸ਼ੀਕੇ ਵਰਗਾ ਹੁੰਦਾ ਜਿਵੇਂ ਆਪਾਂ ਕਹਿੰਨਾ ਊੜਾ ਊਠ ਉਹਨਾਂ ਨੂੰ ਸਕੂਲ 'ਚ ਜਦੋਂ ਆ ਬਣਾਉਣ ਲੱਗ ਗਏ ਜੋ ਸਕੂਲ ਦੇ ਵਿੱਚ ਆਏ ਆਉਣ ਲੱਗਿਆ ਵੀ ਕਿਸੇ ਖਾਸ ਕੌਮ ਦੇ ਪ੍ਰਤੀ ਨਫ਼ਰਤ ਦਿਖਾਈ ਜਾਣ ਲੱਗ ਜਾਈ ਜਾਂ ਉਹਨਾਂ ਦਾ ਬੱਚਿਆਂ ਦਾ ਦਿਮਾਗ ਉਸੇ ਵੇਲੇ ਤੋਂ ਹੀ ਮ मतलब ਉਹਨਾਂ ਦੇ ਵਿੱਚ ਪ੍ਰਪੋਗੈਂਡਾ ਜਿਹੜਾ ਹੈ ਉਹ ਭਰਿਆ ਜਾਵੇ ਕਿਉਂਕਿ ਨਿੱਕੇ ਨਿੱਕੇ ਬੱਚੇ ਉਧਰ ਉਹਨਾਂ ਕਹਿਣ ਲੱਗੇ ਵੀ ਤੂੰ ਸਾਡੇ ਨਾਲ ਨਹੀਂ ਖੇਡ ਸਕਦਾ ਤੂੰ ਤਾਂ ਜੀਊ ਆ ਕੁੜੀਆਂ ਵੀ ਕੁੜੀਆਂ ਨੂੰ ਕਹਿਣ ਲੱਗ ਗੀਆਂ ਚਲੋ ਨਫਰਤ ਕਹਿੰਦੇ ਨੇ ਜਦ ਦੁੱਧ ਫਟਦਾ ਫਿਰ ਸਾਰਾ ਹੀ ਫਟ ਕੇ ਹਟਦਾ ਪਹਿਲਾਂ ਤਾਂ ਇੰਨਾ ਸੀਗਾ ਵੀ ਤੁਸੀਂ ਜੂਸ ਆਏ ਨਹੀਂ ਕਰ ਸਕਦੇ ਆਏ ਨਹੀਂ ਕਰ ਸਕਦੇ ਫਿਰ ਨਿੱਕੇ ਨਿੱਕੇ ਜੀਵ ਬੱਚੇ ਵੀ ਉਹਨਾਂ ਨੂੰ ਕਿਸੇ ਨੇ ਹੱਥ ਨਹੀਂ ਲਾਉਣਾ ਉਹ ਪਿਛਲੀ ਬੈਂਚ ਤੇ ਹੀ ਬੈਠਣਗੇ ਟੀਚਰ ਨੇ ਉਹਨੂੰ ਬੁਲਾਉਣਾ ਨਹੀਂ ਲੈ ਫੇਰ ਆ ਗਿਆ ਵੀ ਉਹ ਬੱਚੇ ਸਕੂਲ ਹੀ ਨਹੀਂ ਜਾਣਗੇ ਉਹ ਵਧੀ ਗਿਆ ਫਿਰ ਉਹ ਆ ਗਿਆ ਵੀ ਚਲੋ ਤੁਸੀਂ ਸਾਰੇ ਘਰਾਂ ਤੋਂ ਨਿਕਲੋ ਫਿਰ ਉਹ ਆ ਗਿਆ ਚਲੋ ਵੀ ਕੈਂਪਾਂ 'ਚ ਇਕੱਠੇ ਹੋ ਜਾਓ ਹੁਣ ਕੈਂਪਾਂ 'ਚ ਬਿਠਾਉਨੇ ਆਂ ਉਧਰ ਬਿਮਾਰੀਆਂ ਵੀ ਫੈਲਦੀਆਂ ਉਧਰ ਉਹਨਾਂ ਨੂੰ ਮੜਾ-ਮੋਟਾ ਤਾਂ ਦਰਾਸ਼ਨ ਦੇਣਾ ਹੀ ਪਊਗਾ ਜਿ ਜਿਉਂਦੇ ਰੱਖਣਾ ਤਾਂ ਅਗਲੇ ਕਹਿੰਦੇ ਕਿਵੇਂ ਜਿਉਂਦੇ ਰੱਖਣਾ ਚਲੋ ਬਈ ਉਥੇ ਇੱਕ ਬੰਦ ਕਮਰੇ ਚ ਰੱਖੀ ਰੱਖੇ ਪਹਿਲਾਂ ਤਾਂ ਉਥੇ ਵੈਸੇ ਹੀ ਹਵਾ ਨਹੀਂ ਆਉਂਦੀ ਕਿਉਂਕਿ ਉਹਨਾਂ ਨੂੰ ਇੱਕ-ਇੱਕ ਕਮਰੇ ਚ ਐਂਨੇ ਜੰਨੇ ਤਾੜੇ ਮਸਾਂ ਦਸਾਂ ਲੈਂਦੇ ਸੀਗੇ ਫਿਰ ਕਿਸੇ ਹਜੇ ਹਾਲ ਸਾਰੇ ਜਦੋਂ ਤਾੜ ਦੇਣਗੇ ਤੇ ਉਤੋਂ ਮਾੜੀ-ਮੋਟੀ ਵੀ ਕੋਈ ਗੈਸ ਛੱਡ ਦੇਣਗੇ ਕਿਉਂਕਿ ਆਕਸੀਜਨ ਤਾਂ ਚਾਹੀਦੀ ਹੈ ਪਹਿਲੀ ਗੱਲ ਤਾਂ ਜੇ ਕੁਝ ਵੀ ਨਹੀਂ ਛੱਡਣਗੇ ਤਾਂ ਸ਼ਾਇਦ ਹੁੰਦਾ ਵੈਸੇ ਹੀ ਮਰ ਜਾਏ ਜੇ ਬੰਦੇ ਨੂੰ ਹਵਾ ਨਾ ਮਿਲੇ ਤੇ अच्छा वो एनी से कहंदे ਉਹਨਾਂ ਦਾ ਪ੍ਰੋਪਗੈਂਡਾ ਇਹ ਇਸ ਹਿਸਾਬ ਨਾਲ ਸੀਗਾ ਉਹ ਕਹਿੰਦੇ ਸੀ ਇਹਨਾਂ ਦੇ ਐਸੀ ਕਿਟਾਣੂ ਮਾਰਨੇ ਆ ਡਿਸ ਇਨਫੈਕਟੈਂਟ ਉਹ ਕਰਨਾ ਹੈ ਇਹਨਾਂ ਨੂੰ ਡਿਸ ਇਹਨਾਂ ਦੇ ਜੂਆਂ ਪੈ ਗਈਆਂ ਇਹ ਉਹ ਉਹ ਜੂਆਂ ਕਾਦੀਆਂ ਪੈ ਗਈਆਂ ਭਾਈ ਉਹ ਜਦੋਂ ਉਹਨਾਂ ਨੂੰ ਤੁਸੀਂ ਕੋਈ ਵੀ ਇਹੋ ਜਿਹਾ ਕਿਟਾਣੂ ਮਾਰਨ ਨਾਲ ਦੀ ਛੱਡੋਗੇ ਬੰਦਾ ਹੀ ਮਰ ਜਾਣਾ ਕਿਉਂਕਿ ਚਾਰੇ ਪਾਸੇ ਤੁਹਾਡਾ ਖਿੜਕੀ ਵਗੈਰਾ ਬੰਦ ਆ ਗਿਆ ਹੈ ਸੋ ਤੋ ਛੜਤੀ ਮੈਂ ਨਾ ਕਈ ਵਾਰੀ ਕਹਿੰਦਾ ਉਹਨਾਂ ਨੇ ਜਿਹੜਾ ਇਹ ਡਰ ਦਾ ਵਪਾਰ ਹੈ ਨਾ ਕਈ ਵਾਰ ਬਿਮਾਰੀਆਂ ਨਾਲ ਵੀ ਅਗਲੇ ਤੌਰ ਤੇ ਹੁਣ ਜਿਹੜੇ ਜਿਨ੍ਹਾਂ ਨੇ ਦਵਾਈ ਵੇਚਣੀ ਉਹ ਤਾਂ ਕਹਣਗੇ ਬਿਮਾਰੀ ਬੜੀ ਖਤਰਨਾਕ ਹੈ ਹੁਣ ਤੁਸੀਂ ਦੇਖੋ ਜੇ ਕਿਸੇ ਬੰਦੇ ਨੂੰ ਸਧਾਰਨ ਨੂੰ ਨਜ਼ਲਾ ਵੀ ਹੋਇਆ ਹੈ ਨਾ ਉਤੋਂ ਉਹਦੇ ਮਾਸਕ ਪਵਾਤਾ ਠੀਕ ਹੈ ਫਿਰ ਹਸਪੀਟਲ ਦੇ ਵਿੱਚ ਏਸੀ ਕਮਰੇ ਦੇ ਵਿੱਚ ਪਾਤਾ ਉਹਨੂੰ ਤੇ ਇਹਨਾਂ ਕੁਸ਼ ਕਰਕੇ ਉਹ ਸਾਰੇ ਪਾਸੇ ਕਮਰਾ ਬੰਦ ਆ ਉਤੋਂ ਸਪਰੇਅ ਆ ਪਾ ਦੀਆਂ ਤੇ ਉਹ ਗੈਸ ਚੈਂਬਰ ਤਾਂ ਆਪੇ ਹੀ ਬਣ ਗਿਆ ਤੇ ਜੇ ਨਾਜ਼ੀ ਕਰਦੇ ਸੀ ਕਿ ਤਾਂ ਆਪਾਂ ਕਹਿੰਦੇ ਕਿ ਨਾਜ਼ੀਆ ਨੇ ਗੈਸ ਚੈਂਬਰ 'ਚ ਮਾਰਤਾ ਹੈ ਨਾ ਬੰਦੇ ਪ੍ਰੋਪਗੈਂਡਾ ਕਰਕੇ ਤੇ ਡਰ ਦਾ ਵੀ ਕੁਝ ਇਹੋ ਜਿਹਾ ਹੀ ਪ੍ਰਚਾਰ ਹੈਗਾ ਤੇ ਚਲੋ ਪੂਰੀ ਤਰ੍ਹਾਂ ਗੈਸ ਚੈਂਬਰ ਨਹੀਂ ਬਣਿਆ ਕੋਸ਼ ਤਾਂ ਉਹ ਗੈਸ ਚੈਂਬਰ ਬਣ ਹੀ ਗਿਆ ਤੇ ਬੰਦਾ ਜੇ ਮਾੜਾ ਮੋੜਾ ਟਿੱਲਾ ਉਹਨੂੰ ਚਾਰ ਪੰਜ ਤਕੜੇ ਟੀਕੇ ਲਾਤੇ ਤੇ ਉਹ ਤੇ ਅਸਰ ਹੁੰਦਾ ਕਈ ਵਾਰ ਬੰਦਾ ਨਹੀਂ ਬਰਦਾਸ਼ਟ ਕਰਦਾ ਤੇ ਹੈਨਾ ਉਹ ਵੀ ਗੈਸ ਹੋਇਆ ਇਹ ਵੀ ਕਿਸੇ ਨਾ ਕਿਸੇ ਪ੍ਰੋਪਗੈਂਡਾ ਦੀ ਵਜ੍ਹਾ ਨਾਲ ਹੀ ਹੋਇਆ ਜਿਹੜਾ ਪ੍ਰਚਾਰ ਹੈ ਨਾ ਇੱਕ ਗਲਤ ਦਿਸ਼ਾ ਵਿੱਚ ਚਲਾ ਜਾਂਦਾ ਸੋ ਸਿੱਖਣ ਵਾਲੀਆਂ ਮੋਟੀਆਂ ਦੋ ਗੱਲਾਂ ਇਹ ਕਿ ਸਮਾਜ ਵਿੱਚ ਜਦੋਂ ਵਿਤਕਰਾ ਪੈਂਦਾ ਤੇ ਉਹ ਦੁੱਧ ਉਹ ਪੂਰਾ ਹੀ ਫਟ ਕੇ ਛੱਡਦਾ ਤੇ ਉਹੀ ਬੰਦਾ ਜਦੋਂ ਮੈਜੋਰਿਟੀຊਨ ਦਾ 나ਜ਼ੀ ਵਾਂਗੂ ਗੱਲਾਂ ਕਰਦਾ ਉਹੀ ਬੰਦਾ ਜਦੋਂ ਮਿਨੋਰਿਟੀ 'ਚ ਹੁੰਦਾ ਉਹ ਯਹੂਦੀਆਂ ਵਰਗੇ ਗੱਲਾਂ ਕਰਦਾ ਤੇ ਯਹੂਦੀਆਂ ਦੇ ਪ੍ਰਤੀ ਜਿਹੜੀ ਨਫ਼ਰਤ ਬਣੀ ਆ ਤੇ ਉਹ ਅੱਗੇ ਕਿਸੇ ਵੀ ਮਿਨੋਰਿਟੀ ਦੇ ਪ੍ਰਤੀ ਨਾ ਬਣੇ ਉਹ ਇਹੀ ਆ ਵੀ ਜੇ ਕੋਈ ਭਾਈ ਸਮਾਜ ਤੋਂ ਆਪਾਂ ਕਮਾਈ ਕਰਦੇ ਆ ਤੇ ਫਿਰ ਉਹ ਸਮਾਜ ਨੂੰ ਆਪਾਂ ਥੋੜਾ ਬਹੁਤ ਭਲਾਈ ਦੇ ਵਿੱਚ ਵੀ ਆਪਾਂ ਜੇ ਲਗਾਉਂਦੇ ਰਹੀਏ ਤੇ ਉਹ ਨਫਰਤ ਫਿਰ ਜਿਆਦਾ ਸਮਾਜ ਵਿੱਚ ਨਹੀਂ ਬਣੂਗੀ ਪਰ ਬੰਦੇ ਨੂੰ ਹਮੇਸ਼ਾ ਸੋਚਣਾ ਚਾਹੀਦਾ ਕਿ ਅੱਜ ਭਾਈ ਤੁਸੀਂ ਇਸ ਹਾਲਾਤ ਚ ਤੁਸੀਂ ਮੈਜੋਰਟੀ ਵਾਲੀ ਹਾਲਾਤ ਚ ਕੱਲ ਨੂੰ ਮਿਨੋਰਟੀ ਵਾਲੀ ਹਾਲਾਤ ਚ ਵੀ ਹੋ ਸਕਦੇ ਜਿਵੇਂ ਦੇਸ਼ ਦੀ ਵੰਡ ਹੋਈ ਸੀ ਸੋ ਮੁੱਖ ਦੀ ਗੱਲ ਇਹ ਕਿ ਪਾਈਾਰੇ ਵਿੱਚ ਬਰਕਤਾਂ ਰੱਬ ਨੇ ਸਾਰਿਆਂ ਲਈ ਬਹੁਤ ਕੁਝ ਦਿੱਤਾ ਵਾ ਐ ਕੋਈ ਜ਼ਰੂਰੀ ਨਹੀਂ ਕਿ ਫਲਾਣੇ ਬੰਦੇ ਮਰ ਜਾਣਗੇ ਤਾਂ ਹੀ ਆਪਾਂ ਸੌਖੇ ਹੋਵਾਂਗੇ ਸਾਰੇ ਬੰਦਿਆਂ ਨੂੰ ਰੱਬ ਰੋਟੀ ਦੇ ਸਕਦਾ ਉਹ ਇੰਨੇ ਜਦੋਂ ਤੋਂ ਦਿੰਦਾ ਆ ਰਹਿਆ ਉਹਨੇ ਪੈਦਾ ਕੀਤਾ ਉਹ ਰੋਟੀ ਵੀ ਜ਼ਰੂਰ ਦੇਊਗਾ ਤੇ ਸੋ ਚੰਗਾ ਵੀ ਆਪਣੇ ਅੰਦਰ ਹੀ ਬੈਠਾ ਹੈ ਮਾੜਾ ਵੀ ਆਪਣੇ ਅੰਦਰ ਹੀ ਬੈਠਾ ਹੈ ਸੋ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਹੈ ਆਪਣੇ ਅੰਦਰ ਸ਼ੁਭ ਵਿਚਾਰ ਪੈਦਾ ਹੋਣ ਤੇ ਆਪਾਂ ਪਰਮੇਸ਼ਰ ਦੇ ਨਾਮ ਵਾਲੇ ਪਾਸੇ ਲੱਗੇ ਪ੍ਰੇਮ ਵਾਲੇ ਪਾਸੇ ਲੱਗੇ ਤਾਂ ਕਿ ਆਪਣਾ ਜੀਵਨ ਅਮਰਤਮਈ ਹੋਵੇ ਇਸੇ ਦੇ ਨਾਲ ਵੀਡੀਓ ਦੀ ਸਮਾਪਤੀ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ